ਪੀ ਟੀ ਸੀ ਅਤੇ ਇਨਫੋਕਸ ਪ੍ਰੋਗਰਾਮ ਲੈ ਕੇ ਅਮਰ ਸਿੰਘ ਭੁੱਲਰ ਤੁਹਾਡੀ ਸੇਵਾ 'ਚ ਹਾਜ਼ਰ ਹੈ। ਜਿਵੇਂ ਕਿ ਤੁਹਾਨੂੰ ਪਤਾ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਤੁਸੀਂ ਦੇਖੇ ਸਾਡੇ ਸਟੂਡੀਓ 'ਚ ਦੇਖੇ, ਅੱਜ ਦਾ ਪ੍ਰੋਗਰਾਮ ਅਸੀਂ ਇਹ ਵਿਸ਼ੇਸ਼ ਤੌਰ 'ਤੇ ਸਤਿ ਸ਼੍ਰੀ ਦੇਵ ਸਿੰਘ ਢੀਂਡਸਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਇਸ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਨੇ ਅਤੇ ਭਾਰਤ ਦੇ ਕੈਬਨਿਟ ਮੰਤਰੀ ਰਹੇ ਨੇ, ਬਹੁਤ ਸਾਰੇ ਮਹਿਕਮੇ ਇਹਨਾਂ ਦੇ ਕੋਲ ਰਹੇ ਨੇ ਅਤੇ ਲੰਮਾ ਤਜਰਬਾ ਰੱਖਦੇ ਨੇ। ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਆਏ ਨੇ, ਇਸ ਕਰਕੇ ਅਸੀਂ ਇਹ ਵਿਸ਼ੇਸ਼ ਇੰਟਰਵਿਊ ਵਿਸ਼ੇਸ਼ ਥਾਂ 'ਤੇ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਤੁਹਾਡਾ ਨਿੱਘਾ ਸਵਾਗਤ ਪੀ ਟੀ ਸੀ ਚੈਨਲ 'ਤੇ। ਬਹੁਤ ਧੰਨਵਾਦ ਜੀ ਤੁਹਾਡਾ, ਪੀ ਟੀ ਸੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ। ਅੱਛਾ ਢੀਂਡਸਾ ਸਾਹਿਬ, ਤੁਹਾਡੀ ਇਹ ਫੇਰੀ ਕਿੰਨੇ ਦਿਨ ਦੀ ਫੇਰੀ ਆ ਅਤੇ ਕਿਸ ਤਰੀਕੇ? ਮੈਂ ਐਕਚੁਲੀ ਪਰਸੋਂ ਆਇਆ ਸੀਗਾ ਆਪਣੇ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਮਿਲ ਲਏ ਜੀ। ਫੇਰੀ ਤਾਂ ਲੰਮੀ ਸੀ, ਲੇਕਿਨ ਉਹ ਕਿਉਂਕਿ ਰਾਸ਼ਟਰਪਤੀ ਸਾਹਿਬ ਦੀ ਚੋਣ ਆ ਗਈ ਅਤੇ ਮੈਨੂੰ ਇਮੀਡੀਏਟਲੀ ਵਾਪਸ ਅੱਜ ਵੀ ਜਾਣਾ ਪਿਆ। ਦੋ ਤਿੰਨ ਦਿਨ ਮੇਰੇ ਲੰਡਨ ਲੱਗਣਗੇ ਜੀ ਅਤੇ ਵਾਪਸ ਚਲੇ ਜਾਣਾ। ਤੁਸੀਂ ਇਸ ਫੇਰੀ ਦੌਰਾਨ ਕਿੱਥੇ ਕਿੱਥੇ ਗਏ? ਮੈਂ ਵੈਨਕੂਵਰ ਅਤੇ ਇੱਥੇ ਆਇਆ ਅਤੇ ਲੰਡਨ। ਅੱਛਾ, ਕੀ ਵਿਦੇਸ਼ਾਂ 'ਚ ਜਿਹੜੇ ਪੰਜਾਬੀਆਂ ਨੂੰ ਮਿਲੇ ਹੋ, ਕੀ ਉਹਨਾਂ ਦਾ ਕਹਿਣਾ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ? ਦੇਖੋ, ਮੈਂ ਤਾਂ ਜਿਵੇਂ ਪਹਿਲਾਂ ਵੀ ਦੱਸ ਚੁੱਕਿਆ ਕਿ ਮੈਂ ਹੈਰਾਨ ਹਾਂ ਕਿ ਜਦੋਂ ਐੱਨ ਆਰ ਆਈ ਏ ਕਿਉਂ ਨਹੀਂ ਸੋਚਦੇ, ਕਿਉਂ ਨਹੀਂ ਮਿਲਦੇ, ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਕਿਉਂ ਨਹੀਂ ਸਮਝਦੇ ਕਿ ਉਹ ਕੀ ਚਾਹੁੰਦੇ ਨੇ। ਲੇਕਿਨ ਜਿੱਥੇ ਵੀ ਤੁਸੀਂ ਦੇਖਿਆ ਜਿਨ੍ਹਾਂ ਨੂੰ ਮਦਦ ਕੀਤੀ ਐੱਨ ਆਰ ਆਈ ਨੇ, ਉਹ ਕਦੇ ਜਿੱਤੇ ਤਾਂ ਹੈ ਨਹੀਂ। ਚਾਹੇ ਰਾਮੂਵਾਲੀ ਆਇਆ, ਉਹਦੀ ਮਦਦ ਕੀਤੀ ਜੀ, ਮਨਪ੍ਰੀਤ ਆਇਆ, ਉਹਦੀ ਮਦਦ ਕੀਤੀ, ਸਿਮਰਜੀਤ ਸਿੰਘ ਮਾਨ ਆਇਆ, ਉਹਦੀ ਮਦਦ ਕੀਤੀ, ਹੁਣ ਆਮ ਆਦਮੀ ਪਾਰਟੀ ਆ, ਉਹਦੀ ਮਦਦ ਕੀਤੀ। ਲੇਕਿਨ ਮੈਂ ਬੇਨਤੀ ਕਰਦਾ ਰਹਿੰਦਾ ਹਮੇਸ਼ਾ ਕਿ ਐੱਨ ਆਰ ਆਈ ਵੀਰਾਂ ਨੂੰ ਸੋਚਣਾ ਚਾਹੀਦਾ ਕਿ ਕਿਹੜੀ ਪਾਰਟੀ ਹੈ, ਕਿਹੜੀ ਕਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨੇ, ਕਿਸ ਤਰ੍ਹਾਂ ਨਹੀਂ ਚਾਹੁੰਦੇ, ਉਸ ਤਰ੍ਹਾਂ ਦੇ ਹਿਸਾਬ ਨਾਲ ਚਾਹੀਦਾ। ਲੋਕ ਹੁਣ ਮਹਿਸੂਸ ਕਰ ਰਹੇ ਨੇ ਕਿ ਦੋ ਤਿੰਨ ਮਹੀਨਿਆਂ ਦੇ ਰਾਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਦੀ ਸਰਕਾਰ ਨੂੰ ਮਹਿਸੂਸ ਕਰਨ ਲੱਗ ਗਏ ਵੀ ਉਹਨਾਂ ਵੇਲੇ ਨਾ ਬਿਜਲੀ ਜਾਂਦੀ ਸੀ, 24 ਘੰਟੇ ਰਹਿੰਦੀ ਸੀ, ਜਿੰਨੀ ਡਿਵੈਲਪਮੈਂਟ ਹੋਈ ਸਾਰਾ ਕੁਛ ਹੈ। ਔਰ ਉਸ ਤੋਂ ਵੱਧ ਜੋ ਸਾਡੇ 'ਤੇ ਇਲਜ਼ਾਮ ਸੀ, ਕਰਪਸ਼ਨ ਦੇ ਹੋਰ ਹੈ, ਰੇਤੇ ਦੇ ਸੀ, ਹੋਰ ਸੀ, ਉਸ ਤੋਂ ਕਈ ਗੁਣਾ ਵੱਧ ਕੰਮ ਹੋ ਗਏ ਜੀ 3 ਮਹੀਨਿਆਂ ਵਿੱਚ ਜੀ। ਅਤੇ ਹੁਣ ਲੋਕਾਂ ਨੇ ਮਹਿਸੂਸ ਕੀਤਾ ਵੀ ਇਹ ਪ੍ਰਾਪੇਗੰਡਾ ਸਾਡੇ ਖਿਲਾਫ਼ ਜਿਹੜਾ ਹੈਗਾ ਸੀ ਉਹ ਗਲਤ ਸੀ, ਜਾਂ ਉਹਦੇ 'ਚ ਪੂਰੀ ਸੱਚਾਈ ਨਹੀਂ। ਅੱਛਾ, ਪ੍ਰਵਾਸੀ ਪੰਜਾਬੀ ਨਾਲ ਤੁਸੀਂ ਗੱਲ ਕੀਤੀ ਹੈ ਕਿ ਜਿਹਦੀ ਉਹ ਮਦਦ ਕਰਦੇ ਨੇ ਹਮੇਸ਼ਾ ਉਹ ਹਾਰਦੇ ਰਹੇ ਨੇ, ਪੰਜਾਬ ਦੇ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਨਾਲ ਚੱਲਣਾ ਚਾਹੁੰਦੇ, ਪਰ ਪੰਜਾਬ ਦੇ ਲੋਕਾਂ ਨੇ ਵੀ ਇਸ ਵਾਰੀ ਕਿਉਂ ਨਹੀਂ ਜਿੱਤ ਦਾ ਹਾਰ ਪਹਿਨਾਇਆ ਅਕਾਲੀ ਦਲ? ਉਹਦੇ 'ਚ ਮੈਂ ਸਮਝਦਾ ਕਿ ਇੱਕ ਤਾਂ ਐਂਟੀ ਇਨਕੰਬੈਂਸੀ ਜ਼ਰੂਰ ਹੋ ਜਾਂਦੀ 10 ਸਾਲ ਦਾ ਸਮਾਂ ਸੀ ਜੀ, ਦੂਸਰਾ ਸਾਡੇ ਖਿਲਾਫ਼ ਪ੍ਰਾਪੇਗੰਡਾ ਇੰਨਾ ਹੋ ਗਿਆ ਜਿਹਦਾ ਅਸੀਂ ਪੂਰਾ ਇਹ ਕਰ ਵੀ ਲੋਕਾਂ ਦੇ ਮਨਾਂ ਵਿੱਚੋਂ ਨਹੀਂ ਕਰ ਸਕੇ ਜੀ। ਅਪੋਜੀਸ਼ਨ ਨੇ ਇਸੇ ਝੂਠੇ ਇਲਜ਼ਾਮਾਂ ਨੂੰ ਵੀ ਜੋ ਲਾਏ ਉਹ ਵੀ ਪ੍ਰਾਪੇਗੰਡੇ ਨਾਲ ਸੱਚ ਕਰਨ ਦਾ ਯਤਨ ਕੀਤਾ ਜੀ, ਜਿਹਨੂੰ ਅਸੀਂ ਝੁਠਾਲ ਨਹੀਂ ਸਕੇ। ਸਾਡੀਆਂ ਵੀ ਕਮਜ਼ੋਰੀਆਂ ਸੀ ਕੁਛ, ਸਾਡੀਆਂ ਵੀ ਗਲਤੀਆਂ ਸਮਝ ਲਓ, ਅਤੇ ਉਹ ਝੂਠ ਨੂੰ ਸੱਚ ਬਣਾ ਗਏ ਜੀ, ਉਹਦਾ ਨੁਕਸਾਨ ਸਾਨੂੰ ਬਹੁਤ ਹੋ। ਅੱਛਾ, ਹੁਣ ਵਿਦੇਸ਼ਾਂ 'ਚ ਬੜੀ ਚਰਚਾ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਫਿਰ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਲਈ, ਲੋਕ ਸਭਾ ਦੀਆਂ ਚੋਣਾਂ ਜਿੱਤਣ ਦੇ ਲਈ ਪੰਥਕ ਧਿਰਾਂ ਦੀ ਮਦਦ ਲੈ ਰਿਹਾ, ਕਿ ਸੱਚ ਹੈ? ਨਹੀਂ, ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਪੰਥਕ ਹੈ ਰਿਹਾ, ਅੱਜ ਵੀ ਹੈ। ਨਾ, ਜਿਸ ਤਰ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰੋ ਨੇ ਧਰਨਿਆਂ ਦੇ ਵਿੱਚ ਸ਼ਾਮਲ ਹੋਏ, ਅੱਜ ਤੱਕ ਕਦੇ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹਨਾਂ ਕਿਸੇ ਵੀ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋਏ? ਨਹੀਂ, ਸ਼੍ਰੋਮਣੀ ਕਮੇਟੀ ਦੇ ਜਿੰਨੇ ਮੈਂਬਰ ਨੇ, ਚਾਹੇ ਪ੍ਰਧਾਨ ਹੈ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਜੀ। ਸ਼੍ਰੋਮਣੀ ਅਕਾਲੀ ਦਲ ਦਾ ਹੀ ਮੈਂਬਰ ਹੈ ਪ੍ਰੋਫੈਸਰ ਬਡੂੰਗਰ ਜੀ, ਇਸ ਕਰਕੇ ਪਹਿਲਾਂ ਵੀ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਜਦੋਂ ਕੋਈ ਮੋਰਚੇ ਲੱਗਦੇ ਸੀ, ਚੌੜਾ ਸਾਹਿਬ ਪ੍ਰਧਾਨ ਇਹਦੇ ਰਹੇ, ਚੌੜਾ ਸਾਹਿਬ ਵੀ ਹਮੇਸ਼ਾ ਮੋਰਚੇ ਜਾਂਦੇ ਰਹੇ, ਹਮੇਸ਼ਾ ਲੜਦੇ ਰਹੇ। ਉਹਦਾ ਕਹਿ ਵੀ ਸਾਡੇ ਖਿਲਾਫ਼ ਪ੍ਰਾਪੇਗੰਡਾ ਜਿਵੇਂ ਕਹਿ ਹੁੰਦੇ ਆ, ਕਿਹੜੀ ਆ ਜਿਹੜਾ ਐਸ ਜੀ ਪੀ ਦਾ ਪ੍ਰਧਾਨ ਹੈ, ਮਾਸਟਰ ਤਾਰਾ ਸਿੰਘ ਰਹੇ, ਉਹਨਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸੀ, ਉਹਦੇ ਵੀ ਸੀਗੇ, ਜਥੇਦਾਰ ਗੁਰਚਰਨ ਸਿੰਘ ਟੌੜਾ ਰਹੇ, ਜਿਹੜਾ ਵੀ ਰਿਹਾ ਉਹਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹਮੇਸ਼ਾ। ਅੱਛਾ, ਕੈਪਟਨ ਅਮਰਿੰਦਰ ਸਿੰਘ ਨੇ 100 ਸਾਲ ਦੀ 100 ਦਿਨ ਦੀ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਨੇ, ਤੁਸੀਂ ਉਹਨਾਂ ਨਾਲ ਕਿੰਨਾ ਕੁ ਸਹਿਮਤ ਹੋ? ਜਿੰਨੀਆਂ ਪ੍ਰਾਪਤੀਆਂ 1% ਵੀ ਸੱਚਾਈ ਨਹੀਂ ਹੈ ਜੀ, ਉਹ 100 ਦਿਨਾਂ ਵਿੱਚ ਇੱਕ ਵੀ ਗੱਲ ਆਪਦੀ ਪੂਰੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ, ਉਹਦੇ 'ਚ ਇੱਕ ਨਵਾਂ ਪੈਸਾ ਨਹੀਂ ਕਰ ਸਕੇ। ਉਹ ਸਿਰਫ ਆਪਦੀ ਉਹ ਝੂਠ ਨੂੰ ਲੁਕਾਉਣ ਲਈ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਲਿਖ ਰਹੇ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਜੀ। ਹੁਣ ਤੁਸੀਂ ਆਪ ਵੀ ਪਤਾ ਕਿ ਪੁਲਿਸ ਥਾਣੇ ਐੱਨ ਆਰ ਆਈ ਦੇ ਕਿਹਨੇ ਬਣਾਏ ਸੀ? ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਨੇ ਬਣਾਏ ਜੀ, ਸਰਦਾਰ ਬਾਦਲ ਦੀ ਸਰਕਾਰ ਨੇ ਬਣਾਏ, ਲੇਕਿਨ ਕਹਿੰਦਾ ਮੈਂ ਬਣਾਤੇ, ਇਸ ਕਰਕੇ ਉਹਦੇ ਕੋਲ ਹੋਰ ਕੁਛ ਨਹੀਂ, ਸਾਡੀ ਪ੍ਰਾਪਤੀਆਂ ਨੇ ਜਿਹੜੀਆਂ ਉਹੀ ਗਿਰ ਰਹੇ। ਹਾਂ, ਢੀਂਡਸਾ ਸਾਹਿਬ, ਸਵਾਲ ਅਜੇ ਹੋਰ ਵੀ ਨੇ, ਪਰ ਸਮਾਂ ਹੋ ਗਿਆ ਹੁਣ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਹੁਣੇ ਵਾਪਸ ਮੁੜਦੇ ਹਾਂ।
ब्रेक तो बाद एक बार फिर हाजिर हाँ। साड़ी गलबात हो रही है पंजाब के श्रोमणी अकाली दल के सीनियर लीडर सरदार सुखदेव सिंह ढींसा जी नाल। अच्छा ढींसा साहब, आप जिवें हुण गल कर रहे हैं कि कैप्टन साहब तो यह भी कह रहे हैं कि पंजाब दे विच NRI लई विशेष अदालतां बनाउण दे लई असीं अपना जिहड़ी आ मंजूरी लई असीं हाई कोर्ट ते सुप्रीम कोर्ट नूं जिहड़ी आ केस भेजिया। ਜਿਹੜੀਆਂ ਤੁਸੀਂ ਅਦਾਲਤਾਂ ਬਣਾਈ ਤੀ ਉਹ ਕੀ ਸੀ? ਨਹੀਂ ਉਹ ਤਾਂ ਪਹਿਲੀ ਬਣਾਈਆਂ ਹੋਈਆਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ ਇਜਾਜ਼ਤ ਨਾਲ ਹੀ ਬਣਦੀਆਂ। ਹਾਂਜੀ, ਇਸ ਕਰਕੇ ਉਹ ਤਾਂ ਤੁਹਾਨੂੰ ਕਹਿੰਦੇ ਸਾਡੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ਉਹ ਆਪਣੀਆਂ ਪ੍ਰਾਪਤੀਆਂ ਗਿਣੀ ਜਾ ਰਹੇ ਜੀ। ਅੱਛਾ, ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਜੇ ਕੈਪਟਨ ਸਾਹਿਬ ਨੇ ਕਿਹਾ ਕਿ ਜਿੰਨੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ 10 ਸਾਲ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੇਲੇ, ਉਹਨਾਂ 'ਚੋਂ ਬਹੁਤੇ ਕੇਸ ਸੋਲਵ ਵੀ ਨਹੀਂ ਕਰ ਸਕੇ, ਜਦਕਿ ਉਹਨਾਂ ਨੇ ਕਿਹਾ ਕਿ 100 ਦਿਨ ਦੇ ਵਿੱਚ ਜਿਹੜੇ ਅਜਿਹੇ ਕੇਸ ਆਏ ਅਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੇਸ ਨੂੰ ਛੱਡ ਕੇ ਬਾਕੀ ਸਾਰੇ ਕੇਸ ਉਹਨਾਂ ਨੇ ਕਵਰ ਕਰ ਲਏ। ਤਾਂ ਹੁਣ ਵਕਤ ਦੱਸੂਗਾ ਹਾਂਜੀ ਜਿੰਨੀ ਬੇਅਦਬੀਆਂ 100 ਦਿਨ 'ਚ ਹੋਈਆਂ ਨੇ ਸਾਡੇ ਉਨੀ ਤਾਂ 10 ਸਾਲ 'ਚ ਨਹੀਂ ਹੋਈਆਂ, ਅਤੇ ਉਹ ਕੀ ਜਵਾਬ ਦੇਣਗੇ ਉਹਨੂੰ, ਉਹਨੂੰ ਛੁਪਾਉਣ ਲਈ ਇਹ ਗੱਲਾਂ ਕਰ ਰਹੇ ਜੀ। ਬਰਗਾੜੀ ਕਾਂਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿੱਥੇ ਗਲਤੀ ਕੀਤੀ? ਨਹੀਂ, ਬਰਗਾੜੀ ਕਾਂਡ ਹੀ ਹੈ ਵੀ ਸਾਡੀ ਜਿਹੜੀ ਗਲਤੀ ਕਹਿ ਲਓ ਵੀ ਪੁਲਿਸ ਨੇ ਥੋੜ੍ਹੀ ਜਿਹੀ ਗਲਤੀ ਇਹ ਕੀਤੀ ਕਿ ਉਹਨੂੰ ਜਿਹੜੀ ਉੱਥੇ ਧਰਨਾ ਲੱਗਿਆ ਸੀਗਾ ਜੀ ਉਹਨੂੰ ਧੱਕੇ ਨਾਲ ਉਠਾਉਣਾ ਉਹ ਗਲਤੀ ਸੀ, ਉਹ ਤੋਂ ਬਾਅਦ ਫਿਰ ਗੋਲੀ ਚਲਾਉਣੀ ਉਹਦੇ ਉਹਨਾਂ ਦੇ ਖਿਲਾਫ਼ ਉਹਦੀ ਐਕਸ਼ਨ ਹੋ ਗਿਆ ਸੀਗਾ, ਸਸਪੈਂਡ ਕਰ ਦਿੱਤਾ ਸੀ SSP ਨੂੰ ਅਤੇ SIT ਬਣਾਈ ਜਿਹਦੇ 'ਚ 3 ਬਹੁਤ ਹੀ ਸੀਨੀਅਰ ਪੁਲਿਸ ਅਫਸਰ ਬਣਾਏ ਜਿਹੜੇ ਸਿੱਖ ਸੀਗੇ 3 ਜੀ, ਪਰ ਜਿਨ੍ਹਾਂ ਦਾ ਰਿਕਾਰਡ ਵੀ ਠੀਕ ਸੀ ਜੀ, ਅਤੇ ਇਸ ਕਰਕੇ ਉਹ ਜਿੰਨਾ ਵੀ ਐਕਸ਼ਨ ਲਿਆ ਜਾ ਸਕਦਾ ਸੀ ਹੋਇਆ, ਅਤੇ ਕਈ ਵਾਰੀ ਕਈ ਮੁਲਾਜ਼ਮ ਤੌਰ 'ਤੇ ਵੀ ਗਲਤੀਆਂ ਕਰ ਬੈਠਦੇ ਨੇ ਜੀ। ਅੱਛਾ, ਜਦੋਂ ਵਿਧਾਨ ਸਭਾ ਚੋਣਾਂ ਦੇ ਵੇਲੇ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਆਪਦੇ ਵਫ਼ਾਦਾਰ ਜਿਹੜੇ ਮੈਂਬਰ ਸੀ ਜਾਂ ਉਹਨਾਂ ਦੇ ਸਿਟਿੰਗ MLA ਸੀ ਅਤੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ, ਜਦਕਿ ਦੂਜੀਆਂ ਪਾਰਟੀਆਂ ਦੇ ਕਈ ਆਗੂਆਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ। ਹੁਣ ਜਿਹੜੇ ਤੁਹਾਡੀ ਪਾਰਟੀ ਦੇ ਵਿੱਚੋਂ ਗਏ ਸੀ, ਕੀ ਹਾਈਕਮਾਂਡ ਕੋਈ ਸੋਚ ਰਹੀ ਹੈ ਵੀ ਉਹਨਾਂ ਨੂੰ ਅਸੀਂ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਨਾਲ ਸ਼ਾਮਿਲ ਕਰ ਲਈ? ਅਜੇ ਤੱਕ ਤਾਂ ਅਸੀਂ ਕਮੇਟੀਆਂ ਸਰਦਾਰ ਸੁਖਬੀਰ ਸਿੰਘ ਹੋਰਾਂ ਬਾਦਲ ਨੇ ਬਣਾਈਆਂ, ਜਿਹੜੀਆਂ ਜਾ ਕੇ 3-3 ਮੈਂਬਰਾਂ ਦੀਆਂ, ਉਹ ਜਾ ਕੇ ਜ਼ਿਲ੍ਹਿਆਂ 'ਚ ਪਤਾ ਲੈ ਰਹੇ ਵੀ ਕਿਹੜੇ ਕਿਹੜੇ ਮੈਂਬਰ ਸੀ ਸਾਡੇ ਜੀ, ਕਿਹੜੇ ਕਿਹੜੇ ਵਰਕਰ ਸੀ ਸਾਡੇ ਜਿਨ੍ਹਾਂ ਨੇ ਸਾਡੀ ਮੁਖਾਲਫ ਕੀਤੀ, ਕਿਹਨੇ ਕਿਹਨੇ ਮਦਦ ਕੀਤੀ, ਉਹਨਾਂ ਦੀ ਰਿਪੋਰਟ ਆਏਗੀ, ਉਸ ਤੋਂ ਬਾਅਦ ਦੇਖਾਂਗੇ। ਅਤੇ ਲੇਕਿਨ ਜਿਹੜੇ ਪਾਰਟੀ ਮੌਕੇ 'ਤੇ ਛੱਡ ਜਾਣ ਕੋਈ ਸਪੈਸ਼ਲ ਕੇਸ ਹੋਇਆ, ਮੈਂ ਨਹੀਂ ਕਹਿ ਸਕਦਾ ਨਹੀਂ ਉਹਨਾਂ ਦਾ ਲੈਣ ਦਾ, ਮੈਂ ਨਹੀਂ, ਮੈਂ ਸਮਝਦਾ ਕੋਈ ਆਈਡੀਆ ਹੋਵੇ। ਪਰ ਜਿਹੜੇ ਦੂਜੀ ਕਾਂਗਰਸ ਪਾਰਟੀ 'ਚੋਂ ਹੋਰਾਂ 'ਚੋਂ ਆਏ, ਕੀ ਤੁਹਾਡੇ ਖਿਆਲ ਦੇ ਵਿੱਚ ਸਹੀ ਫੈਸਲਾ ਸੀ? ਉਹ ਵੀ ਸਾਡੇ ਤੋਂ ਗਲਤੀਆਂ ਹੋਈਆਂ ਜੀ, ਮੈਂ ਕਿਹਾ ਕਈ ਵਾਰੀ ਉਹਨਾਂ ਦੇ ਲਿਆ ਕੇ ਉਹ ਸਰੋਪੇ ਪਵਾ ਕੇ ਸਾਤੋਂ ਕੰਮ ਲੈਂਦੇ ਰਹੇ, ਅਤੇ ਕੀ ਜਦੋਂ ਇਲੈਕਸ਼ਨ ਆਈਆਂ ਉਹ ਭਾਵੇਂ ਪਾਰਟੀ ਚਲੇ ਗਈ। ਅੱਛਾ, ਫੂਲਕਾ ਸਾਹਿਬ ਬੜੀ ਮੁਸ਼ਕਿਲ ਨਾਲ ਪਹਿਲਾਂ ਆਪਣੀ ਚੋਣ ਜਿੱਤੇ ਜ਼ੋਰ ਸ਼ੋਰ ਨਾਲ, ਫਿਰ ਉਹ ਆਪੋਜੀਸ਼ਨ ਦੇ ਲੀਡਰ ਵੀ ਬਣੇ, ਜਦਕਿ ਉਹਨਾਂ ਨੂੰ ਕੈਬਨਿਟ ਦਾ ਆਪੋਜੀਸ਼ਨ ਲੀਡਰ ਬਣਨ ਵੇਲੇ ਵੀ ਪਾਰਟੀ ਦੇ ਵਿੱਚ ਕਾਫੀ, ਅਤੇ ਹੁਣ ਉਹ ਅਸਤੀਫਾ ਦੇ ਕੇ ਕਹਿ ਰਹੇ ਨੇ ਕਿ 84 ਦੇ ਜਿਹੜੇ ਦੰਗਾ ਪੀੜੇ ਉਹਨਾਂ ਦੇ ਮੈਂ ਕੇਸ ਲੜਾਂਗਾ, ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੋ? ਚਲੋ ਉਹ ਤਾਂ ਖੈਰ ਉਹਨਾਂ ਨੂੰ ਲੜਨਾ ਵੀ ਚਾਹੀਦਾ ਜੀ, ਕਿਉਂਕਿ ਬੜੇ ਲੰਮੇ ਸਮੇਂ ਤੋਂ ਉਹਦੇ ਲੜੇ ਨੇ, ਜਿਹੜੀ ਗੱਲ ਠੀਕ ਹੈ ਠੀਕ ਹੈ, ਜੇ ਉਹਨਾਂ ਲੜੇ ਨੇ ਤਾਂ ਉਹਨੂੰ ਜੇ ਹੁਣ ਛੱਡਦੇ ਆ ਵਿੱਚੋਂ ਉਹ ਮੁਨਾਸਿਬ ਵੀ ਨਹੀਂ ਹੈ ਜੀ। ਅੱਛਾ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਕਾਫੀ ਹੁਣ ਏਜ ਉਹਨਾਂ ਦੀ ਹੋ ਚੁੱਕੀ ਆ, ਅਤੇ ਉਹ ਖੁਦ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਆਖਰੀ ਇਲੈਕਸ਼ਨ ਲੜੀ ਸੀ, ਕਿ ਹੁਣ ਲੋਕ ਸਭਾ ਦੀਆਂ ਚੋਣਾਂ ਉਹਨਾਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਜਾਂ? ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਇੱਕ ਆਪਦਾ ਸਟੇਟਸ ਹੈ ਜੀ, ਉਹ ਪਹਿਲੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਦੇਸ਼ 'ਚੋਂ ਜਿਵੇਂ ਕਹਿ ਲਿਆ ਸੀਨੀਅਰ ਲੀਡਰ ਨੇ ਜੀ, ਉਹਨਾਂ ਦਾ ਪ੍ਰਭਾਵ ਹੈ, ਉਹਨਾਂ ਦੇ ਪ੍ਰਭਾਵ ਥੱਲੇ ਹੀ ਅਸੀਂ ਇਲੈਕਸ਼ਨ ਲੋਕ ਸਭਾ ਦੀਆਂ ਲੜਾਂਗੇ ਜੀ, ਅਤੇ ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੀਡਰਸ਼ਿਪ ਕਹਿ ਲਓ, ਉਹਨਾਂ ਦੀ ਆਸ਼ੀਰਵਾਦ ਕਹਿ ਲਓ, ਉਹਦੇ ਨਾਲ ਹੀ ਇਲੈਕਸ਼ਨ। ਕਿੰਨਾ ਕੁ ਲੱਗਦਾ ਕਿ ਵਿਧਾਨ ਸਭਾ ਚੋਣ ਨਤੀਜਿਆਂ ਨਾਲੋਂ ਕਿੰਨਾ ਕੁ ਫਰਕ ਹੋਏਗਾ ਇਹਨਾਂ ਲੋਕ ਸਭਾ 'ਚ? ਬੜਾ ਫਰਕ ਹੋਏਗਾ ਜੀ, ਲੋਕ ਤਾਂ ਹੁਣ ਹੀ ਮਹਿਸੂਸ ਕਰਨ ਲੱਗੇ ਬਹੁਤ ਜੀ, ਅਤੇ ਮੈਂ ਸਮਝਦਾ ਅਸੀਂ ਬੜੀ ਤਕੜੀ ਜਿੱਤ ਪ੍ਰਾਪਤ ਕਰਾਂਗੇ ਲੋਕ ਸਭਾ 'ਚ ਜੀ। ਅਤੇ SYL ਦਾ ਜਿਹੜਾ ਮਾਮਲਾ ਉਹ ਕਿੱਥੇ ਖੜ੍ਹਾ, ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ? ਨਹੀਂ, ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਚੀਫ ਮਿਨਿਸਟਰ ਦੇ ਹੁੰਦਿਆਂ ਕਿਹਾ ਸੀ ਕਿ ਮੈਂ ਪਹਿਲਾਂ ਅਰੈਸਟ ਦਿਊਂਗਾ ਅਗਰ ਕੋਈ ਆਇਆ, ਹੁਣ ਤਾਂ ਫੈਸਲਾ ਤਾਂ ਸੁਪਰੀਮ ਕੋਰਟ ਨੇ ਕਰਨਾ ਜੀ, ਅਤੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਿਸੇ ਵੀ ਕੀਮਤ 'ਤੇ ਪਾਣੀ ਪੰਜਾਬ ਦਾ ਨਹੀਂ ਜਾਣ ਦੇਗਾ, ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਿਹਾ ਜੀ। ਅੱਛਾ, ਜਿਹੜਾ ਪ੍ਰਵਾਸੀਆਂ ਦੀ ਆਪਾਂ ਜੇ ਗੱਲ ਕਰੀਏ, ਪ੍ਰਵਾਸੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅਤੇ
विश्वास उन्हां नहीं करते जिन्ना श्रोमणी अकाली दल ने प्रवासियों लिए काम किए, चाहे असी NRI थाने ला लीए, अदालतों ला लीए, NRI कमीशन ला लीए, जां होर बहुत सारिया जिहड़े काम किए गए ने प्रवासियों लिए बहुत किए गए, उन्होंने विचों जे असी गिण के देखिए किसी भी सरकार ने अज तक इन्ने काम नहीं किए। की कारण है प्रवासी पंजाबी क्यों नहीं खड़ते श्रोमणी अकाली दल? ਜੀ ਤੁਸੀਂ ਆਪ ਜਾਂਦੇ ਰਹੇ ਹੋ ਜਦੋਂ ਪ੍ਰਵਾਸੀ ਸੰਮੇਲਨ ਹੁੰਦੇ ਸੀ, ਸੰਮੇਲਨ ਮਨਾਉਂਦੇ ਰਹੇ ਜੀ, ਜੋ ਉਹਨਾਂ ਦੀਆਂ ਸੁਜੈਸ਼ਨਾਂ ਸੀ ਤਕਰੀਬਨ ਸਾਰੀਆਂ ਅਸੀਂ ਪੂਰੀਆਂ ਕਰਦੇ ਰਹੇ ਜੀ, ਤੇ ਫਿਰ ਵੀ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਅਜੇ ਵੀ ਕਿਸੇ ਸਰਕਾਰ ਨੇ NRI ਦੇ ਕੁਛ ਨਹੀਂ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ, ਲੇਕਿਨ ਫਿਰ ਵੀ ਆ ਕੇ ਮੁਖਾਲਫ ਕਰਦੇ। ਸਾਨੂੰ ਸਮਝ ਨਹੀਂ ਆ ਸਕੀ ਕਿ ਕਿਉਂ ਇਹਨਾਂ ਦੇ ਇਸ ਤਰ੍ਹਾਂ ਦੇ ਪ੍ਰਭਾਵ ਬਣਿਆ ਹੋਇਆ ਜੀ। ਆਪਾਂ ਗੱਲਬਾਤ ਜਾਰੀ ਰੱਖਾਂਗੇ ਜੀ, ਪਰ ਸਮਾਂ ਹੋ ਗਿਆ ਹੁਣ ਬ੍ਰੇਕ ਦਾ, ਚੰਦ ਕਮਰਸ਼ਲਾਂ ਤੋਂ ਬਾਅਦ ਅਸੀਂ ਫਿਰ ਵਾਪਸ ਮੁੜਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਆ ਜਾਣਾ, ਸਾਡੀ ਗੱਲਬਾਤ ਹੋ ਰਹੀ ਹੈ ਭਾਰਤ ਦੇ ਸਾਬਕਾ ਕੈਬਨਿਟ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸਾਧ ਸਦੇਵ ਸਿੰਘ ਢੀਂਸਾ ਜੀ ਨਾਲ, ਜਿਹੜੇ ਕਿ ਅੱਜ ਕੱਲ੍ਹ ਕੈਨੇਡਾ ਦੀ ਫੇਰੀ 'ਤੇ ਆਏ ਹੋਏ ਨੇ। ਢੀਂਸਾ ਸਾਹਿਬ, ਤੁਸੀਂ ਤੁਹਾਡਾ ਭਾਈਵਾਲ ਸਰਕਾਰ ਆ ਜਿਹੜੀ ਸੈਂਟਰ ਦੇ ਵਿੱਚ ਭਾਜਪਾ ਦੇ ਨਾਲ ਜਿਹੜੀ ਬਣੀ ਹੋਈ ਆ, ਤੁਹਾਡੇ ਕੈਬਨਿਟ ਮਿਨਿਸਟਰ ਵੀ ਨੇ। ਅੱਛਾ, ਜੇ ਅਸੀਂ ਖਾਸ ਤੌਰ 'ਤੇ ਟਰਾਂਟੋ ਵਾਲਿਆਂ ਦੀ ਗੱਲ ਕਰੀਏ, ਸਾਡੇ ਆਪਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਫਲਾਈਟ ਲੱਗੀ ਸੀ ਇੱਥੇ ਨੂੰ, ਚੰਡੀਗੜ੍ਹ ਦਾ ਹਵਾਈ ਅੱਡਾ ਤਿਆਰ ਹੋਇਆ ਪਿਆ, ਇਹਨਾਂ ਦੇ ਬਾਰੇ 'ਚ ਕੁਛ ਕਰ ਰਹੇ ਹੋ ਤੁਸੀਂ? ਅਸੀਂ ਬੜੀ ਲੜਾਈ ਲੜ ਰਹੇ ਹਾਂ ਜੀ ਉਹਨਾਂ ਨਾਲ। ਹਾਂਜੀ, ਕਿ ਦੇਖੋ ਸਾਡੀ ਲੜਾਈ ਦਾ ਹੀ ਨਤੀਜਾ ਸੀ ਕਿ ਨਿਊਯਾਰਕ ਤੋਂ ਵੀ ਡਾਇਰੈਕਟ ਫਲਾਈਟ ਹੈ, ਵੈਨਕੂਵਰ ਤੋਂ ਵੀ ਡਾਇਰੈਕਟ ਫਲਾਈਟ ਹੈ। ਹਾਂਜੀ, ਅਤੇ ਉਹ ਦਿੱਲੀ ਠੀਕ ਸਾਹਿਬ, ਲੜਾਈ ਤਾਂ ਬਗਾਨੇ ਨਾਲ ਹੁੰਦੀ ਹੈ ਆਪਣੇ ਨਾਲ ਕਾਹਦੀ? ਨਹੀਂ, ਲੜਾਈ ਮਤਲਬ ਲੜਾਈ ਦਾ ਮੀਨਸ ਇਹੀ ਹੈ ਕਿ ਉਹਨਾਂ ਨਾਲ ਪ੍ਰਭਾਵ ਕਰ ਰਹੇ ਹਾਂ, ਉਹਨਾਂ ਨੂੰ ਹਾਂਜੀ ਬਣਾ ਰਹੇ ਹਾਂ। ਹਾਂਜੀ, ਪਰ ਤੁਹਾਨੂੰ ਪਤਾ ਕੋਲੀਸ਼ਨ ਸਰਕਾਰਾਂ 'ਚ ਸਾਰੀ ਗੱਲ ਹਰੇਕ ਪਾਰਟੀ ਦੀ ਮੰਨੀ ਤਾਂ ਜਾਂਦੀ ਨਹੀਂ ਹੁੰਦੀ ਜੀ, ਪਰ ਅਸੀਂ ਆਪਦਾ ਪ੍ਰਭਾਵ ਯੂਜ਼ ਕਰਕੇ ਕੀਤਾ, ਇੰਟਰਨੈਸ਼ਨਲ ਵੀ ਹੁਣ ਚਲਾਇਆ। ਹਾਂਜੀ, ਫਿਰ ਵੀ ਉਹ ਵੀ 6 ਮਹੀਨੇ ਨਹੀਂ ਚੱਲਣ ਦਿੱਤਾ ਸੀ ਜੀ, ਇਸ ਕਰਕੇ ਬੜੀਆਂ ਤਾਕਤਾਂ ਉੱਥੇ ਕੰਮ ਕਰਦੀਆਂ ਹੁੰਦੀਆਂ ਨੇ ਉਹਦੇ ਲਈ, ਪਰ ਸ਼੍ਰੋਮਣੀ ਅਕਾਲੀ ਦਲ ਆਪਦਾ ਪੂਰਾ ਯਾਦ ਰੱਖੇ। ਅੱਛਾ, ਸ਼੍ਰੋਮਣੀ ਅਕਾਲੀ ਦਲ ਨੇ ਇਲੈਕਸ਼ਨ ਤੋਂ ਪਹਿਲਾਂ ਬਹੁਤ ਸਾਰੇ ਅਹੁਦੇ ਦਿੱਤੇ, ਜੋਤ ਸਿੰਘ ਦੇ ਅਲੱਗ, ਦੂਸਰੇ ਦੇ ਅਲੱਗ, ਬਹੁਤ ਸਾਰਿਆਂ ਨੂੰ ਹੋਰ ਵੀ ਚੇਅਰਮੈਨੀਆਂ ਵੀ ਦਿੱਤੀਆਂ, ਪਰ ਇਲੈਕਸ਼ਨ ਹਾਰਨ ਤੋਂ ਬਾਅਦ ਵਿਦੇਸ਼ਾਂ ਦੀਆਂ ਇਕਾਈਆਂ ਵੀ ਭੰਗ ਕਰਤੀਆਂ ਅਤੇ ਪੰਜਾਬ ਦੀਆਂ ਇਕਾਈਆਂ ਵੀ ਭੰਗ ਕਰ ਦਿੱਤੀਆਂ, ਕੀ ਕਾਰਨ ਸੀ ਇਹਦਾ? ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵੀ ਕਈ ਲੋਕਾਂ ਨੇ ਅਹੁਦੇ ਲੈ ਲਏ, ਹਾਂਜੀ, ਲੇਕਿਨ ਅਖੀਰ ਆ ਕੇ ਪਾਰਟੀਆਂ ਦੂਜੀਆਂ ਚਲੇ ਗਏ ਜੀ, ਜਾਂ ਛੱਡ ਕੇ ਕਹਿ ਲਓ, ਜਾਂ ਪਾਰਟੀ ਦੀ ਮੁਖਾਲਫ ਕੀਤੀ। ਹਾਂਜੀ, ਇਸ ਕਰਕੇ ਉਹਨਾਂ ਨੂੰ ਸਾਰਾ ਹੁਣ ਸਿਚੁਏਸ਼ਨ ਦੇਖਣ ਲਈ ਕਿ ਕਿਵੇਂ ਕਿਵੇਂ ਕਿਹੜੇ ਜ਼ਿਲ੍ਹੇ 'ਚ ਕਿਹੜੀ ਥਾਂ 'ਤੇ ਹੋਰ ਕੀਤਾ, ਉਸ ਕਰਕੇ ਭੰਗ ਕਰਕੇ ਹੁਣ ਅਸੀਂ ਉਹ ਵਰਕਰਾਂ ਨੂੰ ਲੈਣਾ ਚਾਹਾਂਗੇ ਜਿਹਨਾਂ ਨੇ ਦਿਲ ਜਾਨ ਨਾਲ ਮਦਦ ਕੀਤੀ। ਕਦੋਂ ਕੁ ਤੱਕ ਸੰਭਾਵਨਾ ਹੈ ਇਸ ਚੀਜ਼ ਦੀ? ਇਹ ਉਹਨਾਂ ਦੀ ਰਿਪੋਰਟ ਆਉਣ 'ਤੇ ਆ, ਨਾਲ ਜਦੋਂ ਦੇਸ਼ ਵਿੱਚ ਬਣੂਗੇ ਉੱਥੇ ਨਾਲ NRI ਦੀ ਬਣੂ, NRI ਦੀ ਨਾਲ ਉਹਦੀ ਬਣਾਈ ਜਾਊਗੀ। ਅੱਛਾ, ਕੈਨੇਡਾ ਦੇ ਭਾਰਤ ਨਾਲ ਬਹੁਤ ਵਧੀਆ ਸੰਬੰਧ ਨੇ, ਤੁਸੀਂ ਵੀ ਸ਼ੁਰੂ ਤੋਂ ਬਹੁਤ ਸਾਲਾਂ ਤੋਂ ਇੱਥੇ ਆਉਂਦੇ ਰਹੇ ਹੋ, ਰਾਜ ਸਭਾ ਦੇ ਮੈਂਬਰ ਰਹੇ ਹੋ, ਲੋਕ ਸਭਾ ਦੇ ਮੈਂਬਰ ਰਹੇ ਹੋ, ਅਤੇ ਕੈਨੇਡਾ ਸਰਕਾਰ ਨਾਲ ਇੰਨੇ ਵਧੀਆ ਸੰਬੰਧ ਹੋਣ ਦੇ ਬਾਵਜੂਦ ਵੀ ਜੋ ਸਾਡੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਜੀ ਪੰਜਾਬ ਫੇਰੀ 'ਤੇ ਗਏ, ਜੋ ਉਹਨਾਂ ਨਾਲ ਪੰਜਾਬ ਸਰਕਾਰ ਵੱਲੋਂ ਹੋਇਆ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਉਹ ਤਾਂ ਅਸੀਂ ਤਾਂ ਬਹੁਤ ਕੰਡੈਮ ਕੀਤਾ। ਦੇਖੋ, ਜੇ ਕੈਪਟਨ ਸਾਹਿਬ ਨਾਲ ਜਾਂ ਕੋਈ ਡਿਫਰੈਂਸ ਹੋ ਸਕਦੇ ਆ, ਜਾਂ ਸੋਚ ਵੱਖਰੀ ਹੋ ਸਕਦੀ ਹੈ, ਪ੍ਰੋਗਰਾਮ ਵੱਖਰੇ ਹੋ ਸਕਦੇ ਆ, ਲੇਕਿਨ ਇੱਕ ਸਿੱਖ ਨੇ ਐਡਾ ਵੱਡਾ ਨਾਂ ਪੈਦਾ ਕੀਤਾ ਹੋਵੇ, ਉਹਨੂੰ ਇਸ ਤਰ੍ਹਾਂ ਦਾ ਬਿਹੇਵ ਕਰਨਾ ਬਹੁਤ ਨਿੰਦਣਯੋਗ ਹੈ। ਅਸੀਂ ਉੱਥੇ ਵੀ ਅਖਬਾਰਾਂ ਰਾਹੀਂ ਵੀ, ਮੀਡੀਆ ਰਾਹੀਂ ਵੀ ਅਸੀਂ ਕੰਡੈਮ ਕੀਤਾ। ਅੱਜ ਵੀ ਮੈਂ ਗੱਲ ਕਰਨਾ ਚਾਹੂੰਗਾ, ਉਹਨਾਂ ਦੀ ਇਹ ਗੱਲ ਠੀਕ ਨਹੀਂ ਸੀ ਜੀ। ਅੱਛਾ, ਜੇ ਆਪਾਂ ਦੇਖੀਏ ਕਿ ਤੁਸੀਂ ਹੁਣ ਰਾਸ਼ਟਰਪਤੀ ਦੀ ਚੋਣ ਆ ਰਹੀ ਆ ਭਾਰਤ ਦੇ ਵਿੱਚ, ਤੁਹਾਡੀ ਪਾਰਟੀ ਸਾਫ਼ ਹੈ ਕਿ ਉਹ ਜਿਹੜੇ NDA ਦੇ ਕੈਂਡੀਡੇਟ ਦੀ ਮਦਦ ਕਰੇਗੀ, ਜਿਹੜੇ ਉਹਨਾਂ ਦੇ ਮੁਕਾਬਲੇ ਮੀਰਾ ਕੁਮਾਰ ਜੀ ਕਾਂਗਰਸ ਵੱਲੋਂ ਅਤੇ ਉਹ ਦੂਜੀਆਂ ਪਾਰਟੀਆਂ ਵੱਲੋਂ ਖੜਾਏ ਗਏ ਨੇ, ਕੀ ਲੱਗਦਾ ਦੋਨਾਂ ਦੇ ਵਿੱਚ ਚੋਣ ਮੁਕਾਬਲੇ ਦਾ? ਨਹੀਂ, ਉਹ ਤਾਂ NDA ਦਾ ਜਿੱਤੇਗਾ ਜੀ, NDA ਦੀਆਂ ਸਾਰੀਆਂ ਪਾਰਟੀਆਂ ਤੋਂ ਇਲਾਵਾ ਹਾਂਜੀ ਕਈ ਪਾਰਟੀਆਂ ਨੇ ਜਿਨ੍ਹਾਂ ਨੇ ਨਤੀਸ਼ ਜੀ ਨੇ ਦਿੱਤੀ, INLD ਨੇ ਸਪੋਰਟ ਦਿੱਤੀ, ਹੋਰ ਵੀ ਕਈ ਪਾਰਟੀਆਂ ਹਾਂਜੀ ਜਿਹੜੀਆਂ ਸਪੋਰਟ ਦੇ ਰਹੀਆਂ ਨੇ, ਜਿਹੜੀਆਂ NDA ਦਾ ਪਾਰਟ ਵੀ ਨੇ ਜੀ, ਇਸ ਕਰਕੇ ਉਹਨਾਂ ਦਾ ਜਿੱਤਣਾ ਤਾਂ ਤੈਅ ਹੈ ਜੀ। ਅੱਛਾ, ਪੰਜਾਬ ਦੇ ਵਿੱਚ ਢੀਂਸਾ ਸਾਹਿਬ, ਜਿਵੇਂ ਕਿ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਸਾਰੀਆਂ ਪਾਰਟੀਆਂ ਦੋਸ਼ ਲਾ ਰਹੀਆਂ ਤੇ ਕਿ ਡਰੱਗ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ, ਅਤੇ ਇਹਨਾਂ ਦੇ ਆਪਦੇ ਕਈ ਸੀਨੀਅਰ ਬੰਦੇ ਜਿਹੜੇ ਨੇ ਉਹ ਡਰੱਗ ਵੇਚ ਰਹੇ ਨੇ ਅੱਗੇ, ਜਿਹੜੀ ਆ ਸਪਲਾਈ ਕਰ ਰਹੇ ਨੇ, ਪਰ ਹੁਣ ਤਾਂ
तीन महीने तो बाद समा हो गया कैप्टन साहब नूं किन्नी ठल पई? नहीं, कैप्टन साहब तो कहते मैं 40 दिन च खत्म कर दूंगा जी। 1% भी कोई फर्क पिया हो दसो कोई? फिर यही मैं थोड़ा कहना भी जिम्मे साढ़े खिलाफ प्रापगंडा से उस प्रापगंडे असी दूर नहीं कर सके। साड़ी कमजोरी कह लो जां लोगों की विश्वास कर लो, हिंदुस्तान टाइम्स ने सर्वे किया कि देश में कि सूबे कि उन्होंने है ड्रग बिकती है। 14वें नंबर पर पंजाब से, 1 नंबर पर गोवा से, जरा केजरीवाल बड़ा रौला पाते 4थे नंबर से इन्हों स्टेट से। इस करके इन्होंने कोई नशा कि दुनिया कि जगह जरा कहे मैं नशा बिल्कुल बंद कर दिता जी। नशा तो उदू बद हो गया, उदू घटे घटने की बजाय बंद कितों होना जी। अच्छा, कैप्टन साहब ने वादा किया इलेक्शन वेले कि लागू हो गया कि हर घर एक नौकरी मिलेगी? नहीं, नौकरी तो देनी वक्री गल है कि जो अभी जो असी पक्के किए सरदार प्रकाश सिंह बादल की सरकार ने वो भी सारे कटते। हाँ जी, उन्होंने भी कह दो नहीं असं इन्हों परमानेंट नहीं करते जी, तो नवे की देना सी जिन्हिया सरदार प्रकाश सिंह बादल साहब दरकार दाप्तियां से जकीम से जी सारिया बंद ने। अटल अदाल स्कीम बंद है, पेंशन बंद हुई पी, जी कहते 2500 करते हैं पेंशन वो बंद हुई पी है, शगन स्कीम बंद हुई पी है जी। कोई भी दस दो भी उन्होंने स्कीम जी साड़ियाँ दिखाई हुई वो भी बंद करते हैं जी। अखीर ढींसा साहब प्रवासी पंजाबियों की कहना चाहोगे अपने वालों? तो श्रोमणी प्रवासी वीर ने साढ़े उन्होंने यही कहेंगे, पहले तुम पार्टी का इतिहास देखो कि पार्टी है श्रोमणी अकाली दल तो बिना, जिस दिन की श्रोमणी अकाली दल बनया जे पंजाब लड़ी है जे पंजाब के हित जेलां कटिया डांगा खादिया मोर्चे लाए ने शहीदियां प्राप्त कीतियां वो कला श्रोमणी अकाली दल है। होर कोई पार्टी मैंने दस दे पंजाब लिए एक दिन भी कोई हादा नारा मरिया हो, एक दिन भी कोई जेल कटी हो, एक दिन भी कोई मोर्चा लाया हो, एक भी दस दिन। लेकिन पंजाबी वीर मैं कहूँगा कि इतिहास देखो कि पार्टियाँ ठीक है, कोई भी ना तो कोई ऐसा इंसान पैदा हुआ जो कहे मेरे तो कोई गलती नहीं, ना कोई ऐसी पार्टी हुई है। मैं कहा बादल साहब ने जे सब तो कोई गलती हुई है कोई गल नहीं, असं क्षमा भी मंगते हैं जो हुई हो। लेकिन जो प्राप्तियां ने वो भुल गए लोग, इस करके बेनती करना चाह रहा भी अगे तो पंजाब के लोगों की नब्ज न समझो, पंजाब के लोगों के कमां पंजाब किए हुए कमां की नज़र मारो, फिर फैसला करो भी बात कर जी। ढींसा साहब समा कट के साथ स्टूडियो आए, थोड़ा बहुत बहुत धन्यवाद। बहुत बहुत धन्यवाद पटर साहब, थोड़ा PTC का बहुत मेहरबानी कि मैंने मौका दिता, मैं बहुत अकाली सी अज जी, फिर भी मैं टाइम दिता, बहुत मेहरबानी, थैंक यू। ये सी सतदेव सिंह ढींसा जी विचार साझे किए जिड़े कि विशेष कनेडा फेरी पर आए हुए सन। अगले हफ्ते असी किसी होर मेहमान के नाल फिर हाजिर होवांगे। अज का प्रोग्राम इत्थे समाप्त कर दें। सत श्री अकाल, वाहिगुरू जी का खालसा, वाहिगुरू जी की फतेह।